ਅਸੀਂ ਪਹਿਲਾਂ 에어 ਕੈਨੇਡਾ ਦੀ ਗੱਲਬਾਤ ਕੀਤੀ ਆ ਕਿ ਕੈਨੇਡਾ ਦੇ 에어ਪੋਰਟਸ ਦੇ ਉੱਤੇ 에어 ਕੈਨੇਡਾ ਤੇ ਵੱਖ-ਵੱਖ 에어ਲਾਈਨਸ ਦੇ ਵਿੱਚ ਦੇਰੀ ਹੋ ਰਹੀ ਆ ਮਸਲਾ ਅਮਰੀਕਾ ਦੇ ਵਿੱਚ ਵੀ ਉਹੀ ਖੜਾ ਅ ਅਮਰੀਕਾ ਦੇ ਵਿੱਚ ਆ ਸੋਮਵਰ ਤੱਕ 700 ਫਲਾਈਟ ਕੈਨਸਲ ਹੋਈ ਆ ਇੱਕ ਤੇ ਜਿਹੜਾ ਮੌਸਮ ਤੇ ਦੂਜਾ ਵੱਡਾ ਕਾਰਨ ਉਹਨਾਂ ਨੇ ਦੱਸਿਆ ਸਟਾਫ ਸ਼ਾਰਟੇਜ ਤੇ ਜਿਹੜਾ ਸਟਾਫ ਆ ਉਹ ਉਹਨਾਂ ਜ਼ਿਆਦਾ ਨਹੀਂ 에어ਲਾਈਨਸ ਰੱਖ ਰਹੀਆਂ ਜਿੰਨਾ ਇਹਨਾਂ ਨੂੰ ਇਸ ਵੇਲੇ ਚਾਹੀਦਾ ਆ ਲੋਕ ਸਮਰ ਦੇ ਵਿੱਚ ਟ੍ਰੈਵਲ ਕਰ ਰਹੇ ਆ ਟ੍ਰੈਵਲ ਦੀ ਡਿਮਾਂਡ ਵਧੀ ਆ 700 ਫਲਾਈਟ ਕੈਨਸਲ ਹੋਈ ਆ ਜਿਹੜੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਨੰਬਰ ਆ ਟੋਟਲ ਫਲਾਈਟ ਦੀ ਕੈਨਸਲੇਸ਼ਨ ਦੱਸਦੇ ਆ ਕਿ ਆਉਣ ਵਾਲੇ ਜਾਂ ਜਾਣ ਵਾਲੀ ਆ ਉਹ ਈਸਟਰਨ ਟਾਈਮ ਪੌਣੇ 12 ਤੋਂ ਲੈ ਕੇ ਪੌਣੇ 12 ਵਜੇ ਜਦੋਂ ਦੇਖਿਆ ਉਹਨਾਂ ਨੇ ਤਾਂ 700 28 ਸੀਗੀ ਜਿਹੜੀ ਫਲਾਈਟ ਵੇਅਰ ਵੈਬਸਾਈਟ ਆ ਉਹਦੇ ਹਿਸਾਬ ਨਾਲ ਜਦੋਂ ਤੁਸੀਂ ਉਹ ਚੈੱਕ ਕਰਦੇ ਆ 860 ਫਲਾਈਟਾਂ ਐਤਵਾਰ ਨੂੰ ਕੈਨਸਲ ਹੋਈਆਂ ਸੋ so, 700 800 ਫਲਾਈਟ ਰੋ ਜਿਹੜੀ ਕੈਨਸਲ ਹੋ ਰਹੀ ਹੈ ਡੈਲਟਾ 에ਅਰਲਾਈਨ ਦੀਆਂ 200 ਕੈਨਸਲੇਸ਼ਨ ਸਿਗੀਆਂ ਐਸੀ ਤਰ੍ਹਾਂ ਯੂਨਾਈਟਿਡ 에ਅਰਲਾਈਨ ਦੀਆਂ ਜਿਹੜੀਆਂ ਯੂਨਾਈਟਿਡ 에ਅਰਲਾਈਨਸ ਹੋਲਡਿੰਗ ਇਨਕੋਰਪੋਰੇਸ਼ਨ ਤੇ ਰਿਪਬਲਿਕ 에ਅਰਲਾਈਨਸ ਇਨਕੋਰਪੋਰੇਸ਼ਨ ਦੀਆਂ 195 ਤੋਂ 122 ਫਲਾਈਟਾਂ ਕੈਨਸਲ ਹੋਈਆਂ ਜਿਹੜੇ ਅਮਰੀਕਨ 에ਅਰਲਾਈਨ ਗਰੁੱਪ ਆ ਅਮਰੀਕਨ 에ਅਰਲਾਈਨ ਗਰੁੱਪ ਇਨਕੋਰਪੋਰੇਸ਼ਨ ਆ ਉਹਦੀਆਂ 48 ਫਲਾਈਟਾਂ ਸੋਮਵਾਰ ਨੂੰ ਕੈਨਸਲ ਹੋਈਆਂ ਅਮਰੀਕਨ 에어ਲਾਈਨ ਇਹ ਕਹਿ ਰਿਹਾ ਹੈ ਕਿ ਕੈਂਸਲੇਸ਼ਨ ਬਹੁਤ ਵੱਡੀ ਜਿਹੜੀ ਹੋ ਰਹੀ ਆ ਉਹ ਸਾਡੀ ਵੈਦਰ ਕਰਕੇ ਹੋ ਰਹੀ ਆ 에어 ట్రాਫਿਕ ਕੰਟਰੋਲ ਦਾ ਜਿਹੜਾ ਇਹ ਹੈਗਾ ਆ ਉਹਦੇ ਕਰਕੇ ਇਹ ਸਮੱਸਿਆ ਆ ਰਹੀ ਆ ਡੈਲਟਾ ਯੂਨਾਈਟਿਡ ਤੇ ਰਿਪਬਲਿਕ ਇਹਦੇ ਬਾਰੇ ਰਾਕਟਰਸ ਉਹਨਾਂ ਨੇ ਕੁਝ ਬਹੁਤੀ ਗੱਲ ਨਹੀਂ ਦੱਸੀ ਤੇ ਕਿ ਮਸਲਾ ਸਟਾਫ ਦਾ ਆ ਜਾਂ ਦੂਜੇ ਪਾਸੇ ਆ ਯੂਰਪ ਦੇ ਵਿੱਚ ਵੀ ਜਿਹੜੀਆਂ 에어ਪੋਰਟ ਦੇ ਉੱਤੇ ਜੋ ਕੁਝ ਹੋਇਆ ਉੱਥੇ ਵੀ ਐਮਪਲੋਈ ਦੀ ਸ਼ਾਰਟੇਜ ਨੂੰ ਬਲੇਮ ਕੀਤਾ ਜਾ ਰਿਹਾ ਕਿ ਉਹੀ ਇੱਕੋ ਇੱਕ ਕਾਰਨ ਆ ਸੋ ਸਮੱਸਿਆ ਕੱਲੇ ਕੈਨੇਡਾ ਦੇ ਵਿੱਚ ਨਹੀਂ ਅਮਰੀਕਾ ਦੇ ਵਿੱਚ ਵੀ ਆ ਯੂਰਪ ਦੇ ਵਿੱਚ ਵੀ ਇਹੀ ਆ ਜਿਹੜਾ ਯੂਐਸ ਰੈਗੂਲਰ ਜਿਹੜੀ ਯੂਐਸ ਰੈਗੂਲੇਟਰ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਆ ਐਫਏਏ ਆ ਉਹਦੇ ਕੋਲ ਵੀ ਸਟਾਫ ਦੀ ਸ਼ਾਰਟੇਜ ਦੱਸੀ ਜਾ ਰਹੀ ਆ ਤੇ ਇਹ ਜਿੰਨਾ ਚਿਰ ਸਟਾਫ ਪੂਰਾ ਨਹੀਂ ਹੁੰਦਾ ਉਨਾਂ ਚਿਰ ਇਹ ਸਮੱਸਿਆ ਆਉਂਦੀ ਰਹੂਗੀ 에어ਲਾਈਨਸ ਜਿਹੜੀਆਂ ਅਮਰੀਕਾ ਦੀਆਂ ਨੇ ਇਹ ਦੱਸ ਰਹੇ ਆ ਕਿ FAA ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਕਿ ਜਿਹੜੀ 에어 ట్రాਫਿਕ ਕੰਟਰੋਲ ਦੇ ਉੱਤੇ ਵੀ ਸਟਾਫ ਦੀ ਘਾਟ ਆ ਉਹਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਪੂਰਾ ਕੀਤਾ ਜਾਵੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ